ਕਮਲ ਸਰ ਕੇ ਜੀਓਗ੍ਰਾਫੀ ਕੇ ਫੰਡੇ ਅਬ ਕਬੀ ਨਹੀਂ ਆਉਣਗੇ ਅੰਡੇ ਪਿਆਰੇ ਵਿਦਿਆਰਥੀਓ ਅੱਜ ਅਸੀਂ ਕਲਾਸ +2 ਭੂਗੋਲ ਪਾਠ 3 ਮਾਨਵੀ ਸਾਧਨ ਮਨੁੱਖੀ ਵਿਕਾਸ ਅਤੇ ਵਸੇਵਾਂ ਦੇ ਪ੍ਰਸ਼ਨ ਉੱਤਰ ਕਰਨ ਜਾ ਰਹੇ ਹਾਂ ਪ੍ਰਸ਼ਨ ਹੇਠ ਲਿਖੇ ਪ੍ਰਸ਼ਨਾਂ ਦੇ ਉੱਤਰ ਇੱਕ ਵਾਕ ਤੱਕ ਦਿਓ ਪਹਿਲਾ ਜੀ ਮਨੁੱਖੀ ਵਿਕਾਸ ਦਾ ਕੋਈ ਇੱਕ ਮਹੱਤਵਪੂਰਨ ਪਹਿਲੂ ਕੀ ਹੈ ਉੱਤਰ ਲੋਕਾਂ ਕੋਲ ਮੌਕਿਆਂ ਦਾ ਹੋਣਾ ਅਗਲਾ ਪ੍ਰਸ਼ਨ ਮਨੁੱਖੀ ਵਿਕਾਸ ਦੇ ਥੰਮ ਮੰਨੇ ਜਾਂਦੇ ਕਿਸੇ ਇੱਕ ਤਤ ਦਾ ਨਾਮ ਲਿਖੋ ਉੱਤਰ ਬੇਟਾ ਜੀ ਹੈਡਿੰਗ ਹੋ ਗਿਆ ਮਨੁੱਖੀ ਵਿਕਾਸ ਦੇ ਥੰਮ ਇੱਕ ਪੁੱਛਿਆ ਮੈਂ ਚਾਰ ਲਿਖਤੇ ਨੇ ਤੁਸੀਂ ਕੋਈ ਵੀ ਲਿਖ ਸਕਦੇ ਹੋ ਹੱਕ ਜਾਂ ਇਨਸਾਫ ਦੂਸਰਾ ਨਿਰੰਤਰਤਾ ਤੀਸਰਾ ਉਤਪਾਦਕਤਾ ਚੌਥਾ ਸ਼ਕਤੀਕਰਨ ਅਗਲਾ ਪ੍ਰਸ਼ਨ ਰਹਿਣ ਸਹਨ ਦਾ ਕਿਹੋ ਜਿਹਾ ਪੱਧਰ ਚੰਗੇ ਮਨੁੱਖੀ ਵਿਕਾਸ ਦਾ ਸੂਚਕ ਹੈ ਉੱਤਰ ਲਿੰਗ ਸਮਾਨਤਾ ਔਰਤਾਂ ਦਾ ਮੁਕਾਬਲਤਨ ਪ੍ਰਾਪਤੀਆਂ ਤੀਸਰਾ ਮਨੁੱਖੀ ਗਰੀਬੀ ਸੂਚਕ ਅਗਲਾ ਪ੍ਰਸ਼ਨ ਮਾਨਵ ਵਿਕਾਸ ਰਿਪੋਰਟ 2016 ਅਨੁਸਾਰ ਮਨੁੱਖੀ ਵਿਕਾਸ ਸੂਚਕ ਪੱਧਰ ਭਾਰਤ ਦੇ ਕਿਸ ਰਾਜ ਵਿੱਚ ਸਭ ਤੋਂ ਵੱਧ ਹੈ ਤੇ ਕਿੰਨਾ ਹੈ ਉੱਤਰ ਕੇਰਲ 0.7117 ਅਗਲਾ ਪ੍ਰਸ਼ਨ ਮਨੁੱਖੀ ਵਸੇਵਿਆਂ ਨੂੰ ਕਿਹੜੇ ਦੋ ਭਾਗਾਂ ਵਿੱਚ ਵੰਡਿਆ ਜਾ ਸਕਦਾ ਹੈ ਇਸ ਤਰ੍ਹਾਂ ਹੈਡਿੰਗ ਬਣਾਣਾ ਜੀ ਮਨੁੱਖੀ ਵਸੇਵਿਆਂ ਜਾਂ ਬਸਤੀਆਂ ਪਹਿਲਾ ਪਿੰਡੂ ਬਸਤੀਆਂ ਦੂਜਾ ਸ਼ਹਿਰੀ ਵਸਤੀਆਂ ਅਗਲਾ ਪ੍ਰਸ਼ਨ ਪੰਜਾਬ ਦਾ ਕਿਹੜਾ ਸ਼ਹਿਰ 스마트 ਸਿਟੀ ਪ੍ਰੋਜੈਕਟ ਦੇ ਪ੍ਰਥਮ ਦੌਰ ਵਿੱਚ ਸ਼ਾਮਿਲ ਹੋਇਆ ਹੈ ਉੱਤਰ ਲੁਧਿਆਣਾ ਅਗਲਾ ਪ੍ਰਸ਼ਨ ਫਰਾਂਸਿਸ ਪੈਰੋਕਸ 1955 ਨੇ ਵਿਕਾਸ ਦੇ ਕਿਹੜੇ ਫੋਕਲ ਪੁਆਇੰਟ ਦੀ ਧਾਰਨਾ ਵਿਕਸਿਤ ਕੀਤੀ ਉੱਤਰ ਹੈ ਵਿਕਾਸ ਦੇ ਧੁਰੇ ਅਗਲਾ ਪ੍ਰਸ਼ਨ ਵਰਤਮਾਨ ਵਿੱਚ ਵਿਕਾਸ ਦਾ ਇੰਜਨ ਕਿਸ ਕਿਸਮ ਦੇ ਸ਼ਹਿਰਾਂ ਨੂੰ ਕਿਹਾ ਗਿਆ ਹੈ ਉੱਤਰ ਹੈ स्मार्ट सिटी अगला प्रश्न किसे छप्पड़ ਦੇ ਦਿਵਾਲੇ ਵਸੀ ਆबादी ਕਿਹੋ ਜਿਹੇ ਵਸੇਵੇ ਦਾ ਨਮੂਨਾ ਹੋਵੇਗੀ ਉੱਤਰ ਹੈ ਗੋਲਾਕਾਰ ਨਮੂਨਾ ਬੇਟਾ ਜੀ छप्पड़ ਬਣਾਇਆ ਲਗਭਗ ਗੋਲਾਕਾਰ ਹੈ ਇਹ ਆਸ-ਪਾਸ ਲੋਕ ਰਹਿ ਰਹੇ ਨੇ ਇਹ ਗਲੀਆਂ ਯਾ ਰਸਤੇ ਨੇ ਇਸ ਕਰਕੇ ਇਸ ਨੂੰ ਗੋਲਾਕਾਰ ਨਮੂਨਾ ਕਹਾਂਗੇ अगला प्रश्न ਸੰਸਾਰ ਵਿੱਚ ਕਿਸ ਦੇਸ਼ ਦਾ ਮਨੁੱਖੀ ਸੂਚਕ ਅੰਕ ਸਭ ਤੋਂ ਵੱਧ ਹੈ ਤੇ ਕਿੰਨਾ ਉੱਤਰ ਹੈ ਨਾਰਵੇ 0.949 ਪ੍ਰਸ਼ਨ 2 ਹੇਠ ਲਿਖੇ ਪ੍ਰਸ਼ਨਾਂ ਦੇ ਉੱਤਰ 4-17 ਵਿੱਚ ਦਿਓ ੳ ਮਨੁੱਖੀ ਵਿਕਾਸ ਸੂਚਕ ਦਾ ਨਵੀਨ ਸਿਧਾਂਤ ਕਿਹੜੇ ਅਰਥਸ਼ਾਸਤਰੀ ਨੇ ਦਿੱਤਾ ਉੱਤਰ ਅਰਥਸ਼ਾਸਤਰੀ ਸੀਗੇ ਡਾਕਟਰ ਮਹਿਬੂਬ ਉਲਹਕ ਇਹ ਪਾਕਿਸਤਾਨ ਦੇ ਸਨ ਦੂਸਰੇ ਡਾਕਟਰ ਅਮਰਤੇ ਸੇਨ ਜੋ ਭਾਰ ਦੇ ਸਨ 1990 ਵਿੱਚ ਮਨੁੱਖੀ ਵਿਕਾਸ ਸੂਚਕਾਂਗ ਦਾ ਸਿਧਾਂਤ ਦਿੱਤਾ ਸੀ ਉਨ੍ਹਾਂ ਅਨੁਸਾਰ ਵਿਕਾਸ ਦਾ ਮਤਲਬ ਲੋਕਾਂ ਲਈ ਵਿਕਲਪ ਜਾਂ ਚੋਣ ਦੇ ਦਾਇਰੇਆਂ ਵਿੱਚ ਵਾਧਾ ਕਰਨਾ ਹੈ ਤਾਂ ਜੋ ਉਸ ਸ਼ਾਹ ਨਾਲ ਲੰਬੀ ਤੇ ਸਿਹਤਮੰਦ ਜ਼ਿੰਦਗੀ ਜੀ ਸਕਣ ਅਗਲਾ ਪ੍ਰਸ਼ਨ ਭਾਰਤ ਦੇ ਕਿਹੜੇ ਤਿੰਨ ਨੁਕਤੇ ਮਨੁੱਖੀ ਵਿਕਾਸ ਮਾਪਕ ਵਜੋਂ ਚੁਣੇ ਹਨ ਉੱਤਰ ਮਨੁੱਖੀ ਵਿਕਾਸ ਮਾਪਕ ਭਾਰ ਦੇ ਪਹਿਲਾ ਹੈ ਲਿੰਗ ਸਮਾਨਤਾ ਦੂਸਰਾ ਔਰਤਾਂ ਦੀਆਂ ਮੁਕਾਬਲਤਨ ਪ੍ਰਾਪਤੀਆਂ ਤੀਸਰਾ ਮਨੁੱਖੀ ਗਰੀਬੀ ਸੂਚਕ ਅਗਲਾ ਪ੍ਰਸ਼ਨ ਮਨੁੱਖੀ ਵਿਕਾਸ ਦੇ ਥੰਮ ਵਜੋਂ ਜਾਣੇ ਜਾਂਦੇ ਚਾਰ ਨੁਕਤੇ ਕਿਹੜੇ-ਕਿਹੜੇ ਹਨ ਉੱਤਰ ਹੈਡਿੰਗ ਮਨੁੱਖੀ ਵਿਕਾਸ ਦੇ ਥੰਮ ਪਹਿਲਾ حق یا انصاف دوسرا نرینترتہ تیسرا ਉਤਪਾਦਕਤਾ ਚੌਥਾ ਸ਼ਕਤੀਕਰਨ ਅਗਲਾ ਪ੍ਰਸ਼ਨ ਮਨੁੱਖੀ ਵਿਕਾਸ ਸੂਚਕ ਅੰਕ ਅਨੁਸਾਰ ਭਾਰਤ ਦੇ ਚਾਰ ਮੋਰੀ ਰਾਜ ਕਿਹੜੇ ਹਨ ਉੱਤਰ ਹੈਡਿੰਗ ਹੋ ਜਾਏਗਾ ਭਾਰਤ ਦੇ ਚਾਰ ਮੋਰੀ ਰਾਜ ਕੇਰਲ 0.7117 ਹਿਮਾਚਲ ਪ੍ਰਦੇਸ਼ ਅਤੇ ਗੁਜਰਾਤ ਸੇਮ ਹੈ ਜੀ 0.6701 ਮਹਾਰਾਸ਼ਟਰ 0.6659 ਅਗਲਾ ਪ੍ਰਸ਼ਨ ਮਨੁੱਖੀ ਵਿਕਾਸ ਉਚਕੰਕ ਅਨੁਸਾਰ ਭਾਰਤ ਦੀ ਵਿਸ਼ਵ ਵਿੱਚ ਸਥਿਤੀ ਬਾਰੇ ਲਿਖੋ ਉੱਤਰ ਮਨੁੱਖੀ ਵਿਕਾਸ ਉਚਕੰਕ ਅਨੁਸਾਰ ਭਾਰਤ 0.624 ਅੰਕ ਨਾਲ 188 ਦੇਸ਼ਾਂ ਵਿੱਚ ਕ੍ਰਮਵਾਰ 131ਵੇਂ ਸਥਾਨ ਤੇ ਹੈ ਸ਼ੁਰੂਆਤ ਵਿੱਚ 119ਵੀਂ ਸੀ ਅਗਲਾ ਪ੍ਰਸ਼ਨ ਪੈਂਡੂ ਵਸੇਮੇ ਆਮ ਤੌਰ ਤੇ ਕਿਹੜੇ ਇਲਾਕਿਆਂ ਵਿੱਚ ਮਿਲਦੇ ਹਨ ਉੱਤਰ ਪੈਂਡੂ ਵਸੇਵੇ ਜਾਂ ਬਸਤੀਆਂ ਆਮ ਤੌਰ ਤੇ ਪਹਿਲਾ ਦਰਿਆਵਾਂ ਦੇ ਕੰਢੇ ਦੂਸਰਾ ਹੜਾ ਦੇ ਮੈਦਾਨਾ ਤੀਸਰਾ ਪਹਾੜਾਂ ਦੀਆਂ ਢਲਾਨਾਂ ਚੌਥਾ ਘਾਟੀ ਦੇ ਮੈਦਾਨਾ ਪੰਜਵਾਂ ਤੱਟਵਰਤੀ ਇਲਾਕਿਆਂ ਵਿੱਚ ਅਗਲਾ ਪ੍ਰਸ਼ਨ ਸਥਾਨਕ ਸਰਕਾਰ ਵਿਭਾਗ ਦੀ ਪਰਿਭਾਸ਼ਾ ਅਨੁਸਾਰ ਸ਼ਹਿਰੀ ਖੇਤਰਾਂ ਦੀਆਂ ਪ੍ਰਬੰਧਕ ਸੰਸਥਾਾਂ માં ਕਿਹੜੀਆਂ ਹੋ ਸਕਦੀਆਂ ਹਨ ਉੱਤਰ ਸ਼ਹਿਰੀ ਖੇਤਰ ਦੀਆਂ ਪ੍ਰਬੰਧਕ ਸੰਸਥਾਾਂ ਇਹ ਹੈਡਿੰਗ ਹੋ ਜਾਏਗਾ ਪਹਿਲਾ ਜੀ ਨਗਰਪਾਲਿਕਾ માં ਛੋਟੇ ਸ਼ਹਿਰਾਂ ਵਿੱਚ ਨਗਰ ਨਿਗਮ ਵੱਡੇ ਸ਼ਹਿਰਾਂ ਵਿੱਚ ਨਗਰ ਪੰਚਾਇਤ ਨੋਟੀਫਾਈਡ ਏਰੀਆ ਕਮੇਟੀਆਂ ਕੈਂਟਨਮੈਂਟ ਬੋਰਡ ਆਦ ਵਡੇ ਪ੍ਰਸ਼ਨ ਸ਼ੁਰੂ ਹੋ ਰਹੇ ਨੇ ਪ੍ਰਸ਼ਨ 3 ਹੇਠ ਲਿਖੇ ਪ੍ਰਸ਼ਨਾਂ ਦੇ ਉੱਤਰ 10-12 ਬਾਕਮੇ ਵਿੱਚ ਦਿਓ ਕਿਸੇ ਦੇਸ਼ ਦੇ ਵਿਕਾਸ ਦੀ ਕਹਾਣੀ ਵਿੱਚ ਮਨੁੱਖੀ ਵਿਕਾਸ ਦਾ ਕੀ ਮਹੱਤਵ ਹੁੰਦਾ ਹੈ ਉੱਤਰ ਵਿਕਾਸ ਦਾ ਮਤਲਬ ਖੁੱਲ ਜਾਂ ਸੁਤੰਤਰਤਾ ਹੈ ਇਸ ਦਾ ਸੰਬੰਧ ਮੌਕੇ ਵਿੱਚ ਸੁਤੰਤਰਤਾ ਆਰਾਮ ਸੁਖ ਖੁਸ਼ਹਾਲੀ ਨਾਲ ਹੈ ਅੱਜ ਦੇ ਸਮੇਂ ਵਿੱਚ ਉਦਯੋਗੀਕਰਨ ਕੰਪਿਊਟਰੀਕਰਨ ਵਧੀਆ ਆਵਾਜਾਈ ਤੇ ਸੰਚਾਰ ਦੇ ਸਾਧਨਾ, ਵਧੀਆ ਸਿੱਖਿਆ ਪ੍ਰਬੰਧ, ਉੱਚੇ ਰੇ ਪੱਦਰ ਦੀਆਂ ਮੈਡੀਕਲ ਸਹੂਲਤਾਂ, ਲੋਕਾਂ ਦੀ ਸੁਰੱਖਿਆ ਤੇ ਬਚਾਅ ਆਦ ਵਿਕਾਸ ਦੇ ਚਿੰਨ੍ਹ ਹਨ। ਵਿਕਾਸ ਦਾ ਪੱਧਰ ਇਹਨਾਂ ਪਿੰਨ-ਪਿੰਨ ਮਨੁੱਖੀ ਵਿਕਾਸਾਂ ਦੇ ਸੋਮਿਆਂ ਦੁਆਰਾ ਮਾਪਿਆ ਜਾਂਦਾ ਹੈ। ਮਨੁੱਖੀ ਵਿਕਾਸ ਦਾ ਉਦੇਸ਼ ਮਨੁੱਖ ਦੇ ਲਈ ਮੌਕਿਆਂ ਜਾਂ ਚੋਣ ਕਰਨ ਦੇ ਘੇਰੇ ਨੂੰ ਵਧਾਉਣਾ ਅਤੇ ਮਨੁੱਖ ਦੀਆਂ ਹਾਲਤਾਂ ਨੂੰ ਸੁਧਾਰਨਾ ਹੁੰਦਾ ਹੈ। ਮਨੁੱਖੀ ਵਿਕਾਸ ਪ੍ਰਦੂਸ਼ਣ ਨੂੰ ਘਟਾਉਣ ਅਤੇ ਮਨੁੱਖੀ ਜ਼ਿੰਦਗੀ ਨੂੰ ਆਰਾਮਦਕ ਬਣਾਉਂਦਾ ਹੈ ਦੇਸ਼ ਦਾ ਆਰਥਿਕ ਰਾਜਨੀਤਿਕ ਅਤੇ ਸਮਾਜਿਕ ਵਿਕਾਸ ਕਰਦਾ ਹੈ ਇਸ ਤਰ੍ਹਾਂ ਜਿਸ ਦੇਸ਼ ਦਾ HDI ਮਨੁੱਖੀ ਵਿਕਾਸ ਸੂਚਕ ਜ਼ਿਆਦਾ ਹੁੰਦਾ ਹੈ ਉਸ ਦੇਸ਼ ਦਾ ਆਰਥਿਕ ਸਮਾਜਿਕ ਅਤੇ ਰਾਜਨੀਤਿਕ ਅੰਕ ਵੀ ਜ਼ਿਆਦਾ ਹੁੰਦਾ ਹੈ ਅਗਲਾ ਪ੍ਰਸ਼ਨ ਅਸਾਮ ਛਤੀਸਗੜ ਅਤੇ ਮਧ ਪ੍ਰਦੇਸ਼ ਵਿੱਚ ਕੇਰਲ ਤੇ ਹਿਮਾਚਲ ਦੇ ਮੁਕਾਬਲੇ ਖੁਸ਼ਹਾਲੀ ਘੱਟ ਹੈ ਕਿਵੇਂ ਉੱਤਰ ਐਚ ਡੀ ਆਈ ਦੇ ਰਹੇ ਹਾਂ ਜੀ ਕੇਰਲ ਵਿੱਚ ਹੈ 0.7117 ਪਹਿਲੀ ਪੋਜੀਸ਼ਨ ਹੈ ਹਿਮਾਚਲ 0.6701 ਸੈਕੰਡ ਦੂਸਰਾ ਸਥਾਨ ਰੱਖਦਾ ਹੈ ਪਰ ਅਸਾਮ ਛੱਤੀਸਗੜ੍ਹ ਅਤੇ ਮੱਧ ਪ੍ਰਦੇਸ਼ ਦਾ ਐਚ ਡੀ ਆਈ ਕਾਫੀ ਪਿੱਛੇ ਹੈ ਕਿਸੇ ਦੇਸ਼ ਦਾ ਆਰਥਿਕ ਸਮਾਜਿਕ ਵਿਕਾਸ ਐਚ ਡੀ ਆਈ ਦਾ ਅੰਕ ਨਿਰਧਾਰਿਤ ਕਰਦਾ ਹੈ ਇਹਨਾਂ ਰਾਜਾਂ ਅਸਾਮ ਛੱਤੀਸਗੜ੍ਹ ਅਤੇ ਮੱਧ ਪ੍ਰਦੇਸ਼ ਆਰਥਿਕ ਵਿਕਾਸ ਦਾ ਪੱਧਰ ਕੇਰਲ ਅਤੇ ਹਿਮਾਚਲ ਨਾਲੋਂ ਘੱਟ ਹੈ ਜਿਸ ਕਾਰਨ ਐਚ ਡੀ ਆਈ ਵੀ ਘੱਟ ਹੈ ਕਿਸੇ ਦੇਸ਼ ਦਾ ਵਿਕਾਸ ਉਸਦੇ ਆਰਥਿਕ ਵਿਕਾਸ ਰਾਜਨੀਤਿਕ ਸਭਿਆਚਾਰਕ ਵਿਕਾਸ ਉੱਪਰ ਨਿਰਭਰ ਕਰਦਾ ਹੈ ਅਤੇ ਇਹ ਵਿਕਾਸ ਉਸ ਦੇਸ਼ ਵਿੱਚ ਹੋਵੇਗਾ ਜਿੱਥੇ ਲੋਕਾਂ ਦਾ ਜੀਵਨ ਖੁਸ਼ਹਾਲ ਅਤੇ ਉਸ ਨੂੰ ਰੋਜ਼ਗਾਰ ਦੇ ਮੌਕਿਆਂ ਦੀ ਉਪਲਬਧੀ ਪ੍ਰਾਪਤ ਹੋਵੇਗੀ ਉਸ ਦਾ ਜੀਵਨ ਲੰਬਾ ਅਤੇ ਸਿਹਤਮੰਦ ਹੋਵੇਗਾ ਅਤੇ ਹਰ ਕਾਮ ਨੂੰ ਚੋਣ ਦੀ ਪੂਰੀ ਆਜ਼ਾਦੀ ਹੋਵੇਗੀ। ਅਗਲਾ ਪ੍ਰਸ਼ਨ ਮਹਾਨਗਰ ਕਿਸੇ ਵਿਸ਼ਾਲ ਸ਼ਹਿਰੀ ਖੇਤਰ ਤੋਂ ਵੱਖਰਾ ਕਿਵੇਂ ਹੁੰਦਾ ਹੈ? ਮਹਾਨਗਰ ਇੱਕ ਵੱਡਾ ਸ਼ਹਿਰ ਹੁੰਦਾ ਹੈ ਜਿਸ ਦੀ ਵਸੂਨ 10 ਲੱਖ ਵਿਅਕਤੀ ਜਾਂ ਇਸ ਤੋਂ ਵੱਧ ਹੁੰਦੀ ਹੈ। ਮਹਾਨਗਰਾਂ ਦੀ ਗਿਣਤੀ 1981 ਵਿੱਚ 12 ਸੀ, 2001 ਵਿੱਚ 35 ਹੋਈ, 2011 ਵਿੱਚ 53। ਪ੍ਰਮੁੱਖ ਮਹਾਨਗਰ ਨੇ ਦਿੱਲੀ, ਮੁੰਬਈ, ਕੋਲਕਾਤਾ ਆਦ ਆਮ ਮਹਾਨਗਰ ਬਣਾਏ ਜੀ। ਅੰਮ੍ਰਿਤਸਰ, ਦਿੱਲੀ, ਆਂਧਗਬਾਦ, ਮੁੰਬਈ ਬੈਂਗਲੁਰੂ ਚੇਨਈ ਕੋਲਕਾਤਾ ਵਿਸ਼ਾਲ ਸ਼ਹਿਰੀ ਖੇਤਰਾਂ ਦੀ ਧਾਰਨਾ ਪਹਿਲੀ ਵਾਰੀ ਜੀਨ ਗੋਟਮਨ ਦੁਆਰਾ ਸਵਿੰਤ ਰਾਜ ਅਮਰੀਕਾ ਦੇ ਉੱਤਰ ਪੂਰਵੀ ਸਮੁੰਦਰੀ ਖੇਤਰ ਦੇ ਨਾਲ ਵਸੇ ਸ਼ਹਿਰੀ ਖੇਤਰ ਵਾਸਤੇ ਵਰਤੋਂ ਵਿੱਚ ਲਿਆਂਦੀ ਗਈ ਸਾਡੇ ਦੇਸ਼ ਵਿੱਚ ਅਜੇ ਹ ਇਕ ਵੀ ਵਿਸ਼ਾਲ ਸ਼ਹਿਰੀ ਖੇਤਰ ਨਹੀਂ ਹੈ ਵਿਸ਼ਾਲ ਸ਼ਹਿਰੀ ਖੇਤਰ ਇਹ ਇੱਕ ਬਹੁਤ ਵੱਡਾ ਸ਼ਹਿਰੀ ਖੇਤਰ ਹੈ ਜਿਹੜਾ ਕਿ ਕਈ ਮਹਾਨਗਰਾਂ ਦੇ ਬਾਹਰੀ ਵਾਧੇ ਕਾਰਨ ਹੋਂਦ ਵਿੱਚ ਆਉਂਦਾ ਹੈ ਮਹਾਨਗਰ ਦਾ ਬਾਹਰੀ ਵਾਧਾ ਨੇੜੇ ਵਸੀਆਂ ਕਈ ਸ਼ਹਿਰੀ ਵਸਤੀਆਂ ਨੂੰ ਆਪਣੇ ਵਿੱਚ ਸ਼ਾਮਿਲ ਕਰਕੇ ਬਹੁਤ ਵੱਡੇ ਮਹਾਨਗਰੀ ਖੇਤਰ ਵਿੱਚ ਤਬਦੀਲ ਹੋ ਜਾਂਦਾ ਹੈ ਅਗਲਾ ਪ੍ਰਸ਼ਨ ਮਨੁੱਖੀ ਵਿਕਾਸ ਦੇ ਕਿਸੇ ਦੋ ਥੰਮਾਂ ਦਾ ਵਰਣਨ ਕਰੋ ਉੱਤਰ ਮਨੁੱਖੀ ਵਿਕਾਸ ਦਾ ਅਧਿਐਨ ਮੁੱਖ ਰੂਪ ਵਿੱਚ ਚਾਰ ਥੰਮ ਉੱਪਰ ਅਧਾਰਿਤ ਹੈ ਹੈਡਿੰਗ ਹੋ ਜਾਏਗਾ ਮਨੁੱਖੀ ਵਿਕਾਸ ਦੇ ਥੰਮ ਪਹਿਲਾ ਹੱਕ ਜਾਂ ਇਨਸਾਫ ਦੂਸਰਾ ਨਿਰੰਤਰਤਾ ਤੀਸਰਾ ਉਤਪਾਦਕਤਾ ਚੌਥਾ ਸ਼ਕਤੀਕਰਨ ਪਹਿਲਾ ਹੱਕ ਜਾਂ ਇਨਸਾਫ ਇਨਸਾਫ ਦਾ ਮਤਲਬ ਉਸ ਹਿੱਸੇ ਤੋਂ ਹੈ ਜਿਸ ਦਾ ਕੋਈ ਅਸਲ ਵਿੱਚ ਹੱਕਦਾਰ ਹੈ ਹਰ ਇੱਕ ਵਿਅਕਤੀ ਨੂੰ ਬਿਨਾਂ ਕਿਸੇ ਨਸਲ ਜਾਤ ਧਰਮ ਜਾਂ ਲਿੰਗ ਦੇ ਭੇਦਭਾਵ ਤੋਂ ਬਰਾਬਰ ਮੌਕੇ ਪ੍ਰਾਪਤ ਹੋਣੇ ਚਾਹੀਦੇ ਹਨ ਦੂਸਰਾ ਨਿਰੰਤਰਤਾ ਇਸ ਤੋਂ ਭਾਵ ਮੌਕਿਆਂ ਦੀ ਬੇਰੋਕ ਉਪਲਬਧਤਾ ਤੋਂ ਹੈ ਕੈਨ ਤੋਂ ਭਾਵ ਇਹ ਹੈ ਕਿ ਅੱਜ ਦੀ ਪੀੜ੍ਹੀ ਮੌਕਿਆਂ ਜਸਾ ਸਾਧਨ ਦੀ ਇਸ ਤਰੀਕੇ ਨਾਲ ਵਰਤੋਂ ਕਰੇ ਕਿ ਭਵਿੱਖ ਵਿੱਚ ਆਉਣ ਵਾਲੀਆਂ ਪੀੜ੍ਹੀਆਂ ਦੇ ਲੋਕਾਂ ਦੇ ਲੋਕ ਵੀ ਇਹਨਾਂ ਦਾ ਆਨੰਦ ਮਾਣ ਸਕਣ ਪ੍ਰਸ਼ਨ 4 ਇਹਨਾਂ ਪ੍ਰਸ਼ਨ ਦੇ ਉੱਤਰ 2 ਇੱਕ ਵਾਕਾਂ ਵਿੱਚ ਦਿਓ ਉੱਤਰ ਪਹਿਲਾ ਪ੍ਰਸ਼ਨ ਪਿੰਡੂ ਵਸੇਵੇ ਵੱਖੋ ਵੱਖ ਨਮੂਨਿਆਂ ਦੀ ਸੰਖੇਪ ਤਫਸੀਲ ਦਿਓ ਉੱਤਰ ਪਿੰਡੂ ਇਲਾਕੇ ਵਿੱਚ ਬਣੀਆਂ ਬਸਤੀਆਂ ਨੂੰ ਪਿੰਡੂ ਵਸੇਵੇ ਆਖਦੇ ਹਨ ਸ਼ਹਿਰੀ ਖੇਤਰਾਂ ਦੇ ਮੁਕਾਬਲੇ ਪੈਂਡੂ ਖੇਤਰ ਵਿੱਚ ਵਸੂ ਘੱਟ ਹੁੰਦੀ ਹੈ ਧਰਾਤਲ ਅਤੇ ਜ਼ਮੀਨ ਦੀ ਉਪਲਬਧੀ ਦੇ ਮੱਦੇ ਨਜ਼ਰ ਸਾਡੇ ਦੇਸ਼ ਵਿੱਚ ਪੈਂਡੂ ਬਸਤੀਆਂ ਸੰਗਣੀਆਂ ਜਾਂ ਬਿਕਰੀਆਂ ਤਰ੍ਹਾਂ ਦੀਆਂ ਵੀ ਹੋ ਸਕਦੀਆਂ ਹਨ ਹੈਡਿੰਗ ਪੈਂਡੂ ਬਸਤੀਆਂ ਦੇ ਕੁਝ ਨਮੂਨੇ ਪਹਿਲਾ ਹੈ ਰੇਖੀ ਨਮੂਨੇ ਇਸ ਤਰ੍ਹਾਂ ਦੀਆਂ ਬਸਤੀਆਂ ਆਮ ਤੌਰ ਤੇ ਸੜਕ ਰੇਲਵੇ ਲਾਈਨਾਂ ਜਾਂ ਨਹਿਰਾਂ ਦੇ ਸਮਾਨੰਤਰ ਹੁੰਦੀਆਂ ਹਨ ਇਹ ਇੱਕ ਰੇਖਾ ਦੀ ਤਰ੍ਹਾਂ ਦਿਖਾਈ ਦਿੰਦੀਆਂ ਨੇ ਆ ਗੱਭੇ ਬਟਾ ਜੀ ਚਾਹੀ ਸੜਕ ਹੋ ਸਕਦੀ ਹੈ ریل ਵੀ لائن ਹੋ ਸਕਦੀ ਹੈ ਨਹਿਰ ਹੋ ਸਕਦੀ ਹੈ ਇਹਦੇ ਆਲੇ ਦੁਆਲੇ ਜਿਹੜੇ ਇਹ ਬਸਤੀਆਂ ਬਸਤੀਆਂ ਹੋਈਆਂ ਨੇ ਇਸ ਨੂੰ ਕਹਿੰਦੇ ਆਪਾਂ ਰੇਖੀ ਨਮੂਨਾ ਦੂਸਰਾ ਹੈ ਚੈੱਕ ਬੋਰਡ ਨਮੂਨਾ ਜਿਸ ਸਥਾਨ ਉਪਰ ਕੋਈ ਰਸਤਾ ਜਾਂ ਆਵਾਜਾਈ ਦਾ ਸਾਧਨ ਇੱਕ ਦੂਜੇ ਨੂੰ ਸਮਕੋਣ ਤੇ ਮਿਲਾਉਂਦੇ ਹੋਣ ਉਸ ਨੂੰ ਅਸੀਂ ਚੈੱਕ ਬੋਰਡ ਨਮੂਨਾ ਕਹਿੰਦੇ ਆ ਮੇਟਾ ਜਿਵੇਂ ਆ ਰੇਲਵੇ ਲਾਈਨ ਬਣਾਈ ਹੈ ਇਹ ਤੁਸੀਂ ਸੜਕ ਬਣ ਸਕਦੇ ਹੋ ਜਾਂ ਨਹਿਰ ਬਣ ਸਕਦੇ ਹੋ ਇਹਦੇ ਆਲੇ ਦੁਆਲੇ ਜਿਹੜੀਆਂ ਬਸਤੀਆਂ ਬਸੀਆਂ ਹੋਈਆਂ ਨੇ ਇਸ ਇਸ ਤਰ੍ਹਾਂ ਦੇ ਨਮੂਨੇ ਨੂੰ ਸੀ ਚੈੱਕ ਬੋਰਡ ਕਹਿੰਦੇ ਹਨ ਆਇਤਕਾਰ ਨਮੂਨਾ ਇਸ ਕਿਸਮ ਦੀ ਬਸਤੀਆਂ ਆਮ ਤੌਰ ਤੇ ਆਇਤਕਾਰ ਜਾਂ ਵਰਗਕਾਰ ਦੀ ਹੁੰਦੀ ਹਨ ਆ ਦੇਖੋ ਜੀ ਅਰਧ ਵਿਕਾਸ ਨਮੂਨਾ ਇਸ ਤਰ੍ਹਾਂ ਦੀ ਬਸਤੀ ਉਸ ਕੇਂਦਰੀ ਜਗ੍ਹਾ ਤੇ ਮਿਲਦੀ ਹੈ ਜਿੱਥੇ ਕਈ ਰਸਤੇ ਜਾਂ ਗਲੀਆਂ ਜਾਂ ਪੈਦਲ ਰਸਤੇ ਚੱਕਰ ਦੇ ਅਰਧ ਵਿਕਾਸ ਵਾਂਗੂ ਅਲੱਗ-ਅਲੱਗ ਦਿਸ਼ਾਵਾਂ ਤੋ ਆ ਕੇ ਇੱਕ ਕੇਂਦਰੀ ਥਾਂ ਤੇ ਇਕੱਠੇ ਹੁੰਦੇ ਹਨ ਆ ਦੇਖੋ ਜੀ ਅਲੱਗ-ਅਲੱਗ ਰਸਤੇ ਆ ਇੱਕ ਕੇਂਦਰੀ ਬਿੰਦੂ 'ਤੇ ਜਾ ਕੇ ਮਿਲਦੇ ਨੇ ਇਸ ਨੂੰ ਕਹਿੰਦੇ ਆ ਅਰਧ ਵਿਆਸ ਨਮੂਨਾ ਪਲਮਾ ਤਿਕੋਣਾ ਨਮੂਨਾ ਇਸ ਤਰ੍ਹਾਂ ਦੀ ਬਸਤੀ ਤਿਕੋਣੇ ਆਕਾਰ ਦੀ ਹੁੰਦੀ ਹੈ ਜੋ ਕਿ ਤਿੰਨ ਪਾਸਿਆਂ ਤੋਂ ਕਿਸੇ ਤਰ੍ਹਾਂ ਦੀ ਰੁਕਾਵਟ ਦੇ ਨਤੀਜੇ ਕਰਕੇ ਹੁੰਦੀ ਹੈ ਆ ਦੇਖੋ ਜੀ ਇਹ ਦੋ ਰਸਤੇ ਹੋ ਸਕਦੇ ਹੈ ਨਹਿਰਾਂ ਵਗੈਰਾ ਜਿਹੜਾ ਵਿਚ ਬਣਿਆ ਹੋਇਆ ਹੈ ਇਸ ਤਰ੍ਹਾਂ ਦੇ ਨਮੂਨੇ ਨੂੰ ਕਹਿੰਦੇ ਆਪਾਂ ਤਿਕੋਣਾ ਨਮੂਨਾ ਤਾਰੇ ਵਰਗਾ ਨਮੂਨਾ ਇਹ ਅਰਧ ਵਿਆਸ ਨਮੂਨੇ ਦਾ ਸੁਧਰਿਆ ਹੋਇਆ ਰੂਪ ਹੈ ਮਕਾਨਾਂ ਦੀ ਉਸਾਰੀ ਦਾ ਇੱਕ ਕੇਂਦਰ ਬਿੰਦੂ ਤੋਂ ਸ਼ੁਰੂ ਹੁੰਦਾ ਹੈ ਅਤੇ ਸਾਰੀਆਂ ਦਿਸ਼ਾਵਾਂ ਵੱਲ ਨੂੰ ਫੈਲਦਾ ਹੈ ਇਸ ਤਰ੍ਹਾਂ ਦਾ ਨਮੂਨਾ ਪੰਜਾਬ ਅਤੇ ਹਰਿਆਣਾ ਦੇ ਮੈਦਾਨਾਂ ਵਿੱਚ ਮਿਲਦਾ ਹੈ ਗੋਲਾਕਾਰ ਨਮੂਨਾ ਇਸ ਤਰ੍ਹਾਂ ਦੀ ਵਸਤੀ ਕਿਸੇ ਛੱਪੜ ਝੀਲ ਕ੍ਰੇਟਰ ਮੰਦਰ ਜਾਂ ਮਸਜਿਦ ਆਦਿ ਵਾਲੇ ਵਿਕਸਿਤ ਹੁੰਦੀ ਹੈ ਇਸ ਦੀ ਸ਼ਕਲ ਗੋਲਾਕਾਰ ਹੁੰਦੀ ਹੈ ਆ ਗੋਲਾਕਾਰ ਬਣਾਈ ਹੋਈ ਬੇਟਾ ਜੀ ਅਗਲਾ अर्ध गोलाकार नमूना जिडे पिड دریا ਦੇ ਵਲੇਵਿਆਂ ਖੁਰ ਆਕਾਰੀ ਝੀਲਾਂ ਜਾਂ ਪਹਾੜਾਂ ਦੇ ਪੈਰਾਂ ਵਿੱਚ ਬਣੀਆਂ ਝੀਲਾਂ ਦੇ ਦੁਆਲੇ ਵਿਕਸਿਤ ਹੁੰਦੇ ਹਨ ਉਹ ਅਰਧ ਗੋਲਾਕਾਰ ਸ਼ਕਲ ਧਾਰਨ ਕਰ ਲੈਂਦੇ ਹਨ ਆ ਦੇਖੋ ਜੀ ਇਸ ਪਾਸੇ ਜਿਹੜਾ ਤੁਹਾਡੀ ਪਹਾੜ ਹੋ ਸਕਦਾ ਹੈ ਖੁਰ ਆਕਾਰੀ ਝੀਲ ਹੋ ਸਕਦੀ ਹੈ ਇਸ ਪਾਸੇ ਜਾਂ ਪਹਾੜ ਹੋ ਸਕਦੇ ਨੇ ਉਸ ਆਲੇ ਦੁਆਲੇ ਜਿੱਥੇ ਬਸਦੇ ਨੇ ਉਸ ਨੂੰ ਕਹਿੰਦੇ ਆਪਾਂ ਅਰਧ ਗੋਲਾਕਾਰ ਨਮੂਨਾ ਅਗਲਾ ਪ੍ਰਸ਼ਨ ਬਹੁਤ ਇੰਪੋਰਟੈਂਟ ਹੈ ਸਮਾਰਟ ਸ਼ਹਿਰ ਕੀ ਹੈ ਇਸ ਪ੍ਰੋਜੈਕਟ ਸੰਬੰਧੀ ਨੋਟ ਲਿਖੋ ਉੱਤਰ ਸਮਾਰਟ ਸ਼ੇਅਰ ਦਾ ਦਰਜਾ ਉਸ ਥਾਂ ਨੂੰ ਦਿੱਤਾ ਜਾਂਦਾ ਹੈ ਜਿੱਥੇ ਸੂਚਨਾ ਟੈਕਨੋਲੋਜੀ ਇੱਕ ਪ੍ਰਮੁੱਖ ਬੁਨਿਆਦੀ ਢਾਂਚਾ ਆਪਣੇ ਵਸਨੀਕਾਂ ਨੂੰ ਜ਼ਰੂਰੀ ਸੇਵਾਵਾਂ ਦੇਣਾ ਜਿਵੇਂ ਸਿਹਤ ਸੰਬੰਧੀ ਸਿੱਖਿਆ ਸੰਬੰਧੀ ਪ੍ਰਦਾਨ ਕਰਨ ਦੇ ਲਈ ਇੱਕ ਆਧਾਰ ਦਾ ਕੰਮ ਕਰੇ ਸਮਾਰਟ ਸ਼ਹਿਰ ਵਿੱਚ ਟਿਕਾਊ ਜ਼ਮੀਨ ਜ਼ਾਇਦਾਦ ਸੰਚਾਰ ਅਤੇ ਆਵਾਜਾਈ ਦੇ ਸਾਧਨ ਦੀ ਸਥਿਰਤਾ ਆਦ ਖੇਤਰ ਵਿੱਚ ਵਧੇਰੇ ਵਿਕਸਿਤ ਹੋਣ ਭਾਰਤ ਵਿੱਚ ਕਈ ਸ਼ਹਿਰ ਅਜਿਹੇ ਹਨ ਜਿਨ੍ਹਾਂ ਨੂੰ ਸਮਾਰਟ ਸ਼ਹਿਰ ਦਾ ਦਰਜਾ ਦਿੱਤਾ ਜਾ ਸਕਦਾ ਹੈ ਇਹਨਾਂ ਸ਼ਹਿਰਾਂ ਨੂੰ ਵਿਕਾਸ ਦਾ ਇੰਜਨ ਵੀ ਕਿਹਾ ਜਾਂਦਾ ਹੈ ਸ਼ੁਰੂਆਤ ਵਿੱਚ ਭਾਰਤ ਸਰਕਾਰ ਨੇ ਇਸ ਪ੍ਰੋਜੈਕਟ ਦੇ ਅਧੀਨ ਸੋ ਸ਼ਹਿਰਾਂ ਨੂੰ ਸਮਾਰਟ ਸ਼ਹਿਰ ਦੇ ਰੂਪ ਵਿੱਚ ਵਿਕਸਿਤ ਕਰਨ ਦਾ ਐਲਾਨ ਕੀਤਾ ਸੀ ਅਗਸਤ 2015 ਵਿੱਚ 98 ਸ਼ਹਿਰਾਂ ਨੂੰ ਹੀ ਸਮਾਰਟ ਸ਼ਹਿਰ ਦੇ ਤੌਰ ਤੇ ਵਿਕਸਿਤ ਕਰਨ ਲਈ ਚੁਣਿਆ ਗਿਆ ਇਨ੍ਹਾਂ 98 ਸ਼ਹਿਰਾਂ ਵਿੱਚ 24 ਰਾਜਧਾਨੀ ਸ਼ਹਿਰ ਕੈਪੀਟਲ ਸਿਟੀਆਂ 24 ਵੱਡੇ ਵਪਾਰਕ ਤੇ ਉਦਯੋਗੀ ਖੇਤਰ 18 ਸੱਭਿਆਚਾਰਕ ਖੇਤਰ ਅਤੇ ਸਹਿਰ ਸਪਟਕੇਂਦਰ ਪੰਜ ਬੰਦਰਗਾਹਾਂ ਸੀਪੋਰਟਸ ਤਿੰਨ ਵਿਦਿਅਕ ਅਤੇ ਸਿਹਤ ਸੰਭਾਲ ਕੇਂਦਰ ਸਨ 98 ਸ਼ਹਿਰਾਂ ਨੂੰ ਚਾਰ ਚਰਨਾਂ ਵਿੱਚ ਚੁਣਿਆ ਗਿਆ ਪਹਿਲੀ ਚਰਨਿਆ ਸਟੇਜ ਵਿੱਚ 20 ਸ਼ਹਿਰ, ਦੂਜੀ ਸਟੇਜ ਵਿੱਚ 13 ਸ਼ਹਿਰ, ਫਿਰ ਤੀਜੇ ਚਰਨ ਵਿੱਚ 27 ਸ਼ਹਿਰ, ਚੌਥੇ ਚਰਨ ਵਿੱਚ 30 ਸ਼ਹਿਰ। ਪਹਿਲੇ ਚਰਨ ਵਿੱਚ ਜਿਨ੍ਹਾਂ 20 ਸ਼ਹਿਰਾਂ ਨੂੰ ਚੁਣਿਆ ਗਿਆ, ਉਹਨਾਂ ਨੂੰ ਚਾਨਣ ਮੁੰਾਰੇ ਜਾਂ ਲਾਈਟ ਹਾਊਸ ਦਾ ਨਾਮ ਦਿੱਤਾ ਗਿਆ। ਸਭ ਤੋਂ ਪਹਿਲਾ ਸ਼ਹਿਰ ਸੀ ਪੁਵਨਿਸ਼ਵਰ, 20 ਜੂਨ 2018 ਨੂੰ ਸ਼ਿਲੌਂਗ ਅਰੁਣਾਚਲ ਪ੍ਰਦੇਸ਼ ਦੀ ਰਾਜਧਾਨੀ 120 ਸਮਾਰਟ ਸ਼ਹਿਰ ਵਜੋਂ ਚੁਣਿਆ ਗਿਆ ਸਮਾਰਟ ਸ਼ਹਿਰਾਂ ਲਈ ਮਾਪਦੰਡ ਪਹਿਲਾ ਉਚਿਤ ਜਲ ਅਤੇ ਬਿਜਲੀ ਪ੍ਰਬੰਧ ਵਿਕਸਿਤ ਆਵਾਜਾਈ ਪ੍ਰਬੰਧ ਉਚਿਤ ਸੇਤ ਅਤੇ ਵਿਦਿਅਕ ਸਹੂਲਤ ਠੋਸ ਕੂੜਾ ਕਰਕਟ ਪ੍ਰਬੰਧ ਨਾਗਰਿਕਾਂ ਦੀ ਸੁਰੱਖਿਆ ਸਸਤੇ ਕਰ ਖਾਸ ਤੌਰ ਤੇ ਗਰੀਬ ਜਨਤਾ ਲਈ ਸੂਚਨਾ ਟੈਕਨੋਲੋਜੀ ਦਾ ਵਿਸ਼ੇਸ਼ ਪ੍ਰਬੰਧ ਬੇਟਾ ਜੀ ਇਹ ਮੈਂ ਭਾਰਤ ਦਾ ਨਕਸ਼ਾ ਬਣਾਇਆ ਹੈ ਜਿਸ ਵਿੱਚ ਕੋਸ਼ਿਸ਼ ਕੀਤੀ ਹੈ ਸਿਰਫ 10 ਸ਼ਹਿਰਾਂ ਨੂੰ ਜੋ ਕਿ ਸਮਾਰਟ ਸ਼ਹਿਰ ਨੇ ਪਹਿਲੇ ਨੰਬਰ ਤੇ ਹੈ ਪੁਪਨੇਸ਼ਵਰ ਜੋ ਕਿ ਉੜੀਸਾ ਵਿੱਚ ਹੈ ਆ ਚਿਲਕਾ ਝੀਲ ਦੇ ਲਾਗੇ ਦੂਸਰਾ ਪੁਨੇ ਆ ਮੁੰਬਈ ਦੇ ਥੱਲੇ ਹੈ ਜੀ ਤੀਸਰਾ ਜੈਪੁਰ ਰਾਜਸਥਾਨ ਦੀ ਰਾਜਧਾਨੀ ਹੈ ਚੌਥਾ ਸੂਰਤ ਜੋ ਕਿ ਗੁਜਰਾਤ ਵਿੱਚ ਹੈ ਸੂਤੀ ਕਪੜਾ ਉਦਯੋਗ ਦਾ ਕਾਫੀ ਵੱਡਾ ਕੇਂਦਰ ਹੈ ਪੰਜਵੇਂ ਨੰਬਰ ਤੇ ਕੋਚੀ ਹੈ ਜੋ ਕਿ ਇੱਕ بندرگاہ ਵੀ ਹੈ ਕੇਰਲ ਵਿੱਚ ਹੈ ਛੇਮਾ ਅਹਮਦਾਬਾਦ ਇਹ ਵੀ ਗੁਜਰਾਤ ਵਿੱਚ ਹੈ ਸਤਮਾ ਜਬਲਪੁਰ ਮਧ ਪ੍ਰਦੇਸ਼ ਵਿੱਚ ਹੈ ਨੌਵਾਂ ਦਿੱਲੀ ਹੈ ਔਰ ਦਸਮਾ ਚੇਨਈ ਇਹ ਚੇਨਈ ਬੇਟਾ ਜੀ ਉਮੀਦ ਕਰਦਾ ਹਾਂ ਪਾਠ ਨੰਬਰ 3 ਦੇ ਸਵਾਲ ਜਵਾਬ ਬਹੁਤ ਆਸਾਨ ਹੋਗੇ ਹੋਣਗੇ ਸੋ ਮੇਰੇ ਇਸ ਚੈਨਲ ਨੂੰ ਇਸੇ ਤਰ੍ਹਾਂ ਲਾਈਕ ਸ਼ੇਅਰ ਅਤੇ ਸਬਸਕ੍ਰਾਈਬ ਜ਼ਰੂਰ ਕਰੋ ਥੈਂਕ ਯੂ